वाहिगुरु जी का खालसा, वाहिगुरु जी की फतेह। मैं हाँ जी हरकीत कौर, साढ़े चैनल तुहाडा बहुत बहुत स्वागत है जी। अज की वीडियो तुहाडे नाल शेयर करांगे जी, घर दे छोटे मोटे काम। हाँ जी, इधर मेरी ननाण अमनदीप वाह रही है बच्चों के सिर, प्रभलीन का सिर वाह रही है जी। कम बहुत अज लेट हो गए तो अमन कहनी चल भाभी मैं बच्चों के सिर वाह दिनी हूँ, तुसीं कम होर कर लो। हाँ जी मैं कर रही हाँ होर काम, पोचे लगा रही हाँ मैं, तो आमन दी पवार ही है जी बच्चों का सिर। हाँ जी सवेरे सवेरे काम बहुत ज़्यादा हो जाते हैं क्योंकि मझां अपने कई ने, तो मझां ही ठीक होनी सवेरे सवेरे, कदे पानी पिया ला कदे सन्नी कर लै। तो हुण जी मैं लगा रही हाँ पोचे, मझां ना मैं नमेड़ आई हाँ, तो अमनदीप बच्चों का सिर बाउंदी है, तिना कुड़ियां ना अमनदीप बाहूगी सिर। तो बीबी साड़ी माँज रही है सवेरे रोटी वाले भांडे। मॉर्निंग का टाइम है जी सवेर का 9:30-9 का। महीना रहती हाँ सर जी थोड़ी काली फोटो आती है सारे दी तो पजरा काली हो ओदे सामने करता सुकमण आती है मेरे वाले होले गुरमण दी सुकमण दे रे तो मेरे वाले वाले सुकमण दे तो होले होले वधिया ने वाले ये तो थोड़े जे कि झंड लहाई होंगी फिर वाले औखे होंगे वधिया हो गए वाल स्कूल जान लगी रिबन पाउन लग रहे रिबन ज्यादा हो गए कुड़िया ने तो बाल लम्मी सोहने ला दे बड़े भोली भूनी है ना ਕੁੜੀਆਂ ਦੇ ਲੰਮੇ ਲੰਮੇ ਵਾਲ ਸੋਹਣੇ ਲੱਗਦੇ ਨੇ ਹਾਂ ਜੀ ਬ੍ਰਾਂਡਿੰਗ ਦੇ ਇੱਥੇ ਨੀਚੇ ਤੱਕ ਆਉਂਦੇ ਨੇ ਗੋਡਿਆਂ ਤੱਕ ਤੱਕ ਲੈ ਵੀ ਮਗਰ ਇਹਦੇ ਦੱਸ ਕੁੜੀਆਂ ਦਾ ਜੇ ਜਿਹੜਾ ਕੁੜੀਆਂ ਨੂੰ ਹੁਣ ਮੁੰਡੇ ਕਹਿੰਦੇ ਨੇ ਸਾਡੇ ਵਾਲ ਛੋਟੇ ਹੋਣ ਸਾਡੇ ਪੱਗ ਨਹੀਂ ਸਹੀ ਹੋਣ ਵੱਡੇ ਜੂੜੇ ਨਾਲ ਤੇ ਕੁੜੀਆਂ ਤੇ ਪੜੇ ਲੰਮੀ ਲੰਮੀ ਗੁੱਤੀ ਸੋਹਣੀ ਲੱਗਦੀ ਹੈ ਜਿਵੇਂ ਆਪਣੀ ਨਵੀ ਹੈ ਹਾਂ ਦੇਖੋ ਨਾ ਗੁੱਤ ਵਧੀਆ ਲੱਗਦੀ ਲੰਮੀ ਲੰਮੀ ਨਵੀ ਤੇ ਕਿੰਨੀ ਸੋਹਣੀ ਲੱਗਦੀ ਹੈ ਹਾਂ तू बोली नानक आई तेन कोई कि मैं कहनी ओ मैं बोली नहीं आउंदी केड़ी केड़ी कौन है नानक के खड वड़ जी नानक के खड वड़ जी ए कर लो मुंह में जाके कि मैं पाणी में पुत्त जागो भी काट दी हुंदी अगे आके है ना हां ए सारीया काट दी हुंदी चक के हो ते गड़ गई जी मोबाइल ते गड़े लाके कह दी चलो आप जागो कड़ते तीन बजे ਕਰਾਇਆ
परफेक्ट स्लाइड तू भी अप्पू है तो फोन नहीं साफ करा ली मां ठीक है ठीक है ਇਹਦੇ ਵਿੱਚ ਪਾ ਲਾਂਗੇ ਬੋ ਟਰੈਵਲਿੰਗ ਹਾਂਜੀ ਆਪਾਂ ਧੋ ਰਹੇ ਇੱਧਰ ਬੋਰੀਆਂ ਕੁਛ ਬੋਰੀਆਂ ਯੂਰੀਆ ਵਾਲੀਆਂ ਨੇ ਅਤੇ ਕੁਛ ਡਾਈ ਮੋਨੀ ਵਾਲੀਆਂ ਨੇ ਜੀ ਅਤੇ ਆਪਾਂ ਕਣਕ ਬੀਜੀ ਆ ਹੁਣ ਡੀ ਏ ਪੀ ਵੀ ਰੇਹ ਪਾਇਆ ਅਤੇ ਨਾਲ ਆਪਾਂ ਘਰ ਦਾ ਵੀ ਸੀ ਢੋਲਾਂ 'ਚੋਂ ਧੋਤੀਆਂ ਹੋਈਆਂ ਬੋਰੀਆਂ 'ਚ ਪਾਇਆ ਸੀ ਜੀ ਦੋ ਵੀ ਦੁਬਾਰਾ ਹੋ ਗਏ ਧੋਣ ਵਾਲੀਆਂ ਅਤੇ 4 ਕਿੱਲੇ ਆਪਾਂ ਥੈਲੀ ਦਾ ਵੀ ਬੀਜਿਆ ਗਿਆ ਜੀ ਨਵਾਂ ਵੀ ਬੀਜਿਆ ਲਿਆ ਕੇ 3-4 ਬੋਰੀਆਂ ਉਹ ਹੋ ਗਈਆਂ ਬਹੁਤ ਸਾਰੀਆਂ ਬੋਰੀਆਂ ਹੋ ਗਈਆਂ ਬੋਰੀਆਂ ਧੋ ਕੇ ਆਪਾਂ ਹੁਣ ਠੰਡ ਹੋ ਗਈ ਹੈ ਜੀ ਮੱਝਾਂ ਨੂੰ ਆਪਾਂ ਪੱਲੀਆਂ ਸਿਉਂਕੇ ਆਪਾਂ ਸੱਡ ਦੇ ਆਲੇ ਦੁਆਲੇ ਲਾਵਾਂਗੇ ਪੱਲੀਆਂ ਸਿਉਂਕੇ ਜੀ ਤੁਹਾਡੇ ਨਾਲ ਆਪਾਂ ਸਾਰੀ ਵੀਡੀਓ ਸ਼ੇਅਰ ਕਰਾਂਗੇ ਪਲੀਜ਼ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੇ ਮੇਰੀ ਵੀਡੀਓ ਹਾਂਜੀ ਜਿਹਦੇ ਹੈਲਪਰ ਹੁੰਦੇ ਨੇ ਜੀ ਉਹ ਹੈਲਪਰ ਖੇਤ ਹੀ ਮੋਟਰ 'ਤੇ ਧੋ ਲਿਆਉਂਦੇ ਨੇ ਬੋਰੀਆਂ ਕਿਉਂਕਿ ਆਪਣੇ ਹੈਲਪਰ ਨਹੀਂ ਹੈਗਾ ਜੀ ਸਰਦਾਰ ਜੀ ਨੂੰ ਬਹੁਤ ਕੰਮ ਰਹਿੰਦਾ ਅਤੇ ਇਸ ਕਰਕੇ ਮੈਨੂੰ ਸਰਦਾਰ ਜੀ ਦੀ ਸਹਾਇਤਾ ਕਰਨੀ ਪੈਂਦੀ ਹੈ ਕੰਮ 'ਚ ਅਤੇ ਮੈਂ ਆਖਿਆ ਚੱਲ ਮੈਂ ਕੋਈ ਗੱਲ ਨਹੀਂ ਤੁਸੀਂ ਹੋਰ ਕੰਮ ਕਰੋ ਅਤੇ ਮੈਂ ਆਪਣੀਆਂ ਬੋਰੀਆਂ ਆਪਾਂ ਘਰ ਹੀ ਧੋ ਲਵਾਂਗੇ ਹਾਂਜੀ ਸਹਾਇਤਾ ਕਰਨੀ ਪੈਂਦੀ ਹੈ ਇਕੱਲੇ ਬੰਦੇ ਦੀ ਕੰਮ 'ਚ ਜ਼ਰੂਰ ਬੋਰੀਆਂ ਆਪਾਂ ਨੇ ਧੋ ਲਈਆਂ ਨੇ ਆਹ ਤਾਂ ਹੈਗੀ ਨੇ ਦੋ ਟੋਕਰੇ ਜੀ ਡਾਈ ਮੂਣੀ ਅਤੇ ਯੂਰੀਆ ਵਾਲੀਆਂ ਵਿੱਚ ਹੁਣ ਡੀ ਏ ਪੀ ਪਾਇਆ ਸੀ ਕਣਕ ਦੇ ਵਿੱਚ ਥੱਲੇ ਉਹ ਵਾਲੀਆਂ ਬੋਰੀਆਂ ਨੇ ਕੁਛ ਪਹਿਲਾਂ ਦੀਆਂ ਯੂਰੀਆ ਵਾਲੀਆਂ ਪਈਆਂ ਸੀ ਉਹ ਆਹ ਟੋਕਰੇ ਵਿੱਚ ਹੈਗੀ ਨੇ ਜੀ ਕੁਛ ਕਣਕ ਦੇ ਬੀਜ ਵਾਲੇ ਅਤੇ ਕੁਛ ਮੱਝਾਂ ਦੀ ਫੀਡ ਵਾਲੀਆਂ ਬੋਰੀਆਂ ਨੇ ਕੁਛ ਆਪਾਂ ਬਾਣੀਆਂ ਤੋਂ ਲਿਆਉਂਦੀ ਅਤੇ ਫੀਡ ਬਣੀ ਬਣਾਈ ਅਤੇ ਇਹ ਬੋਰੀਆਂ ਧੋਤੀਆਂ ਹੋਈਆਂ ਸੀ ਜੀ ਇਹ 'ਚ ਵੀ ਢੋਲ 'ਚੋਂ ਘਰੋਂ ਕਣਕ ਦਾ ਬੀਜ ਪਾਇਆ ਹੋਇਆ ਸੀ ਤਾਂ ਆਪਾਂ ਨੂੰ ਤਾਂ ਕਰਕੇ ਦੁਬਾਰਾ ਧੋਣੀਆਂ ਪਈਆਂ ਇਹ ਆਪਾਂ ਨੇ 3 ਟੋਕਰੇ ਬੋਰੀਆਂ ਧੋ ਲਏ ਨੇ ਅਤੇ ਆਪਾਂ ਹੁਣ ਪਾਵਾਂਗੇ ਆਪਣੀ ਤਾਰ 'ਤੇ ਨਹੀਂ ਪੈਣੀ ਕਿ ਚਾਚਾ ਜੀ ਕਿਹਾ ਵਿਹੜਾ ਪੱਕਾ ਉਹਨਾਂ ਦੇ ਘਰ ਪਾਵਾਂਗੇ ਕੁਛ ਬੋਰੀਆਂ ਆਪਣੇ ਪੱਕੇ ਵਿਹੜੇ 'ਚ ਸਾਂ ਆ ਗਈ ਹੈ ਅਤੇ ਕੁਛ ਚਾਚਾ ਜੀ ਕੇ ਘਰ ਬੋਰੀਆਂ ਪਾਵਾਂਗੇ ਚਲੋ ਜੀ ਤਾਂ ਬੋਰੀ ਪਾਉ
हवा चलती है डिगन गोरी सुख तो छेती जान गए हवा चल पी है आंटी बोरिया सी जी अपने कपड़े भिज गए मासी को भी जाके हाँ जी अज की वीडियो थोनों कि लगी मैं जरूर दसना कमेंटा राही। हाँ जी अज की वीडियो इन्ना ही मिलते हैं किसी होर वीडियो। वाहिगुरू जी का खालसा वाहिगुरू जी की फतेह।